ਮੈਂ ਹਾਂ ਗੌਰਵ ਕੁਮਾਰ, ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ। ਤੁਸੀਂ ਅੱਜ ਤੁਹਾਨੂੰ ਅਸੀਂ ਆਵਾਜ਼ ਦੀ ਦੁਨੀਆ ਦੇ ਵਿੱਚ ਲੈ ਚੱਲਦੇ ਹਾਂ, ਜਿੱਥੇ ਕਿ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਜਾਂ ਤੁਸੀਂ ਸਟੇਜਾਂ ਦੇ ਵਿੱਚ ਬੜੀਆਂ ਸੁਰੀਲੀ ਆਵਾਜ਼ ਨੂੰ ਜਿਸ ਤਰ੍ਹਾਂ ਕਿ ਦੇਖਿਆ ਵੀ ਹੋਏਗਾ। ਅਤੇ ਅੱਜ ਅਸੀਂ ਤੁਹਾਨੂੰ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜਾ ਕਿ ਇੱਕ ਵੀਰ ਪੈਟਰੋਲ ਪੰਪ ਦੇ ਵਿੱਚ ਕੰਮ ਕਰਦਾ ਹੈ ਅਤੇ ਦੋ ਮੇਲ ਔਰ ਫੀਮੇਲ ਦੇ ਵਿੱਚ ਬੜੀ ਸੁੰਦਰ ਗਾਇਕੀ ਗਾਉਂਦਾ ਹੈ। ਆਓ ਅਸੀਂ ਤੁਹਾਨੂੰ ਉਸ ਵੀਰ ਦੇ ਨਾਲ ਮਿਲਵਾਉਂਦੇ ਹਾਂ ਅਤੇ ਗੱਲਬਾਤ ਵੀ ਉਹਦੇ ਨਾਲ ਕਰਦੇ ਹਾਂ। ਜੀ ਭਾਅ ਜੀ, ਕੀ ਨਾਮ ਕੀ ਆਪਣਾ? ਨਿਰਮਲ ਸਿੰਘ ਨਾਮ ਹੈ ਜੀ। ਭਾਅ ਜੀ, ਜਿਸ ਤਰ੍ਹਾਂ ਕਿ ਤੁਹਾਡੀ ਸਿੰਗਿੰਗ ਬਹੁਤ ਵਧੀਆ ਹੈ, ਜਿਸ ਤਰ੍ਹਾਂ ਮੇਲ ਔਰ ਫੀਮੇਲ ਦੇ ਵਿੱਚ ਤੁਸੀਂ ਗਾਉਂਦੇ ਹੋ, ਪਹਿਲਾਂ ਇੱਕ ਵਾਰ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਕੁਛ ਗਾ ਕੇ ਸੁਣਾਓ ਕੁਛ। ਇਸ ਪਿਆਰ ਸੇ ਮੇਰੀ ਤਰਫ ਨਾ ਦੇਖੋ, ਪਿਆਰ ਹੋ ਜਾਏਗਾ ਗਰ ਪਿਆਰ ਹੋ ਗਿਆ ਤੋ ਤੀਰ ਦਿਲ ਕੇ ਪਾਰ ਹੋ ਜਾਏਗਾ, ਪਿਆਰ ਹੋ ਜਾਏਗਾ, ਪਿਆਰ ਹੋ ਜਾਏਗਾ, ਪਿਆਰ ਹੋ ਜਾਏਗਾ, ਪਿਆਰ ਹੋ ਜਾਏਗਾ। ਇਸ ਪਿਆਰ ਸੇ ਮੇਰੀ ਤਰਫ ਨਾ ਦੇਖੋ, ਪਿਆਰ ਹੋ ਜਾਏਗਾ। ਬਹੁਤ ਹੀ ਵਧੀਆ ਜੀ। ਉਹ ਜਿਸ ਤਰ੍ਹਾਂ ਤੁਸੀਂ ਇੰਨੀ ਸੋਹਣੀ ਗਾਇਕੀ ਕਰਦੇ ਹੋ ਮੇਲ ਔਰ ਫੀਮੇਲ ਦੇ ਵਿੱਚ ਦੋਨਾਂ ਦੇ ਵਿੱਚ, ਔਰ ਤੁਹਾਨੂੰ ਕਿੰਨਾ ਟਾਈਮ ਹੋ ਚੁੱਕਾ ਇੱਥੇ ਜਿਸ ਤਰ੍ਹਾਂ ਇਹ ਜਿਹੜੀ ਸਿੰਗਿੰਗ ਤੁਸੀਂ ਕਰ ਰਹੇ ਹੋ? ਸਰ, ਇਹ ਸਿੰਗਿੰਗ ਤਾਂ ਬਚਪਨ ਤੋਂ ਹੀ ਸਮਝ ਲਓ ਕਿ ਮੇਰੇ ਰੋਮ ਰੋਮ 'ਚ ਵੱਸਦੀ ਇਹ ਚੀਜ਼। ਕਦੀ ਵੀ ਮੈਂ ਇਕੱਲਾ ਹੁੰਦਾ ਤਾਂ ਵੀ ਮੈਂ ਕੁਛ ਨਾ ਕੁਛ ਸੋਚਦਾ ਹੁੰਦਾ ਕਿ ਇਹ ਗਾਣਾ ਕਿਸ ਤਰ੍ਹਾਂ, ਇਹ ਗਾਣਾ ਕਿਸ ਤਰ੍ਹਾਂ, ਬਸ ਸ਼ੁਰੂ ਤੋਂ ਹੀ ਹੈ ਜੀ। ਪਰ ਜਿਸ ਤਰ੍ਹਾਂ ਤੁਸੀਂ ਇੰਨੀ ਸੋਹਣੀ ਸਿੰਗਿੰਗ ਕਰਦੇ ਹੋ, ਕਿ ਤੁਹਾਨੂੰ ਕੋਈ ਸਿੰਗਿੰਗ ਦੇ ਵਿੱਚ ਕੋਈ ਪਲੇਟਫਾਰਮ ਨਹੀਂ ਮਿਲਿਆ? ਸਰ, ਪਲੇਟਫਾਰਮ ਕਹਿ ਲਓ ਕਿ ਮੇਰੀ ਕਿਸਮਤ ਹੀ ਇਸ ਤਰ੍ਹਾਂ ਦੀ ਸੀ। ਬਾਕੀ ਮੈਂ ਗਿਆ, ਕਾਫੀ ਲੋਕਾਂ ਨੂੰ ਮਿਲਿਆ ਵੀ ਹਾਂ ਜਿਹੜੇ ਕੋਈ ਜਗਰਾਤੇ ਕਰਦੇ ਸੀ ਜਾਂ ਕੋਈ ਹੋਰ ਸਿੰਗਿੰਗ ਲੈਵਲ 'ਚ ਹੈਗੇ ਸੀ, ਅਤੇ ਸ਼ਾਇਦ ਸਾਰੇ ਕਹਿੰਦੇ ਜ਼ਰੂਰ ਸੀ ਕਿ ਆਪਾਂ ਤੁਹਾਨੂੰ ਦੱਸਾਂਗੇ, ਲਿਆਵਾਂਗੇ ਕਿਸੇ ਪ੍ਰੋਗਰਾਮ 'ਚ, ਆਪਾਂ ਤੁਹਾਨੂੰ ਲੈ ਕੇ ਜਾਵਾਂਗੇ, ਪਰ ਕਿਸੇ ਨੇ ਵੀ ਨਹੀਂ। ਜਿਸ ਤਰ੍ਹਾਂ ਤੁਸੀਂ ਇੱਕ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਹੋ, ਉਹ ਕਿੰਨੀ ਕੁ ਸੈਲਰੀ ਹੋਏਗੀ ਤੁਸੀਂ ਜਿਹੜਾ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਹੋ? ਸਰ, ਇੱਥੇ ਮੈਂ 15 ਘੰਟੇ ਜੋਬ ਕਰਦਾ, 15 ਘੰਟੇ ਦੀ ਜੋਬ 'ਚ ਮੇਰੇ ਕੋਲ 15,000 ਰੁਪਇਆ ਹੀ ਸੈਲਰੀ ਹੈ। ਪਰ ਜਿਸ ਤਰ੍ਹਾਂ ਆਮ ਦੇਖਿਆ ਜਾਂਦਾ 8 ਤੋਂ 10 ਘੰਟੇ ਹੀ ਜੋਬ ਦਾ ਜਿਹੜਾ ਟਾਈਮ ਹੁੰਦਾ, ਤੁਸੀਂ 15 ਘੰਟੇ ਕਰ ਰਹੇ ਹੋ? ਹਾਂਜੀ ਸਰ, ਕੁਛ ਮਜਬੂਰੀਆਂ ਨੇ ਘਰੇਲੂ ਜਿਹਦੇ 'ਚ ਕਿ ਮੈਨੂੰ ਜ਼ਰੂਰਤ ਹੈ ਇਸ ਚੀਜ਼ ਦੀ, ਔਰ ਮੈਂ ਕਈ ਵਾਰੀ ਸੋਚਿਆ ਕਿ ਮੈਂ ਥੋੜ੍ਹੀ ਆਪਣੀ ਜੋਬ ਘਟਾ ਕੇ ਅਤੇ ਮੈਂ ਸਿੰਗਿੰਗ ਵੱਲ ਧਿਆਨ ਦੇਵਾਂ, ਪਰ ਸ਼ਾਇਦ ਨਹੀਂ ਹੋ ਪਾ ਰਿਹਾ। ਜਿਸ ਤਰ੍ਹਾਂ ਤੁਹਾਡੀ ਆਵਾਜ਼ ਹੈ, ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਮੋਰਨਿੰਗ ਟਾਈਮ ਤੁਸੀਂ ਚਲੋ ਕੋਈ ਵੀ ਪ੍ਰਾਈਵੇਟ ਜੋਬ ਕਰ ਸਕਦੇ ਹੋ, ਪਰ ਨਾਈਟ ਟਾਈਮ 'ਤੇ ਜਿਸ ਤਰ੍ਹਾਂ ਤੁਸੀਂ ਕੋਈ ਸਟੇਜ ਸ਼ੋ ਹੁੰਦਾ ਹੈ ਉਹਦੇ ਵਿੱਚ ਜੇ ਤੁਸੀਂ ਟਾਈਮ ਤੁਸੀਂ ਐਕਸਪੈਂਡ ਕਰੋ ਕਿ ਤੁਹਾਨੂੰ ਉਹਦੇ ਵਾਸਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਨਾ ਕਿ ਮਜਬੂਰੀ ਹੈ, ਉਹ ਤੁਹਾਡੀ ਜਿਹੜੀ ਮਜਬੂਰੀ ਹੈ ਉਹਦਾ ਉਹ ਸੋਲਵ ਵੀ ਹੋ ਸਕਦਾ? ਸੋਲਵ ਤਾਂ ਹੋ ਸਕਦਾ ਸਰ, ਲੇਕਿਨ ਸਭ ਤੋਂ ਪਹਿਲੇ ਕਹਿੰਦੇ ਹੁੰਦੇ ਨਾ ਕਿ ਕੋਈ ਇੱਕ ਐਸਾ ਪਰਸਨ ਉੱਠਦਾ ਹੈ ਜਿਹੜਾ ਕਿ ਕਹਿੰਦਾ ਕਿ ਚੱਲ ਯਾਰ ਤੂੰ ਮੇਰੇ ਨਾਲ ਚੱਲ। ਬੇਸ਼ੱਕ ਉਸ ਚੀਜ਼ ਦੇ ਵਿੱਚ ਥੋੜ੍ਹਾ ਟਾਈਮ ਲੱਗੇ, ਲੇਕਿਨ ਮੈਨੂੰ ਪਤਾ ਹੋਵੇ ਕਿ ਹਾਂ ਮੇਰੇ ਲਈ ਇੱਕ ਬੇਸ ਤਿਆਰ ਹੋ ਰਿਹਾ, ਕੋਈ ਖੜਨ ਵਾਲਾ ਨਹੀਂ ਅਤੇ ਮੇਰੇ ਕੋਲ ਇੱਥੋਂ ਨਿਕਲਿਆ ਨਹੀਂ ਜਾਏਗਾ ਉਸ ਤਾਂ, ਹੈਂ ਇਹ ਚੀਜ਼ ਹੈ। ਔਰ ਮੈਂ ਸੋਚਦਾ ਵਾਂ ਕਿ ਅਗਰ ਮੇਰੇ ਕੋਲ ਕੋਈ ਪਲੇਟਫਾਰਮ ਹੋਵੇ ਜਾਂ ਮੈਨੂੰ ਰਿਆਜ਼ ਕਰਨ ਦਾ ਟਾਈਮ ਮਿਲੇ ਤਾਂ ਇਸ ਚੀਜ਼ ਨੂੰ ਮੈਂ ਹੋਰ ਜ਼ਿਆਦਾ ਨਿਖਾਰ ਕੇ ਲੈ ਸਕਾਂ। ਪਰਿਵਾਰ ਦੇ ਵਿੱਚ ਤੁਸੀਂ ਕਿੰਨੇ ਕੁ ਮੈਂਬਰ ਹੋ? ਪਰਿਵਾਰ 'ਚ ਮੇਰਾ ਬ੍ਰਦਰ ਹੈ, ਮੇਰੇ ਮਦਰ ਨੇ, ਔਰ ਬ੍ਰਦਰ ਮੈਰਿਡ ਹੈ, ਉਹਨਾਂ ਦੀ ਵਾਈਫ ਔਰ 2 ਬੱਚੇ ਨੇ ਉਹਨਾਂ ਦੇ। ਪਰਿਵਾਰ ਵਾਲੇ ਜਿਸ ਤਰ੍ਹਾਂ ਕਿ ਤੁਸੀਂ ਸਿੰਗਿੰਗ ਕਰਦੇ ਹੋ, ਉਹ ਇਹਦੇ ਤੁਹਾਡੇ ਸਿੰਗਿੰਗ ਕਰਨ ਦੇ ਵਿੱਚ ਖੁਸ਼ ਹੈ?
ਹਾਂਜੀ, ਮੇਰਾ ਪਰਿਵਾਰ ਤਾਂ ਸਾਰਾ ਖੁਸ਼ ਹੈ, ਲੇਕਿਨ ਜਦੋਂ ਮੇਰੇ ਪਾਪਾ ਬਚਪਨ 'ਚ ਮੈਂ ਗਾਉਂਦਾ ਹੁੰਦਾ ਸੀ ਤਾਂ ਮੇਰੇ ਫਾਦਰ ਸਾਹਿਬ ਉਹ ਮੈਨੂੰ ਮਨਾ ਕਰਦੇ ਹੁੰਦੇ ਸੀ ਕਿ ਤੂੰ ਕਿਸ ਤਰ੍ਹਾਂ ਗਾ ਰਿਹਾ, ਤੂੰ ਫੀਮੇਲ ਵੋਇਸ ਨਾ ਵਰਤਿਆ ਕਰ, ਆਪਣੀ ਜੈਂਟਸ ਵੋਇਸ ਦੇ ਵਿੱਚ ਗਾਇਆ ਕਰ। ਔਰ ਇੱਕ ਜਿਸ ਤਰ੍ਹਾਂ ਕਿ ਆਪਾਂ ਫਿਲਮ ਇੰਡਸਟਰੀ ਜਾਂ ਤੁਸੀਂ ਦੇਖੀਏ ਨਾ, ਜਿਸ ਤਰ੍ਹਾਂ ਇੱਕ ਮਿਲਨ ਸਿੰਘ ਹੁੰਦੇ ਸੀ, ਉਹ ਮਿਲਨ ਸਿੰਘ ਤੋਂ ਬਾਅਦ ਆਪਾਂ ਪਹਿਲੀ ਫਸਟ ਟਾਈਮ ਜਿਸ ਤਰ੍ਹਾਂ ਆਪਾਂ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਦੇਖ ਰਹੇ ਹਾਂ। ਸ਼ਾਇਦ ਸਰ ਸ਼ੌਂਕ ਵੀ ਮੈਨੂੰ ਥੋੜ੍ਹਾ ਥੋੜ੍ਹਾ ਮਿਲਨ ਸਿੰਘ ਜੀ ਤੋਂ ਹੀ ਹੋਇਆ ਸੀ, ਕਿਉਂਕਿ ਉਸ ਤੋਂ ਪਹਿਲੇ ਵੀ ਮੈਂ ਗਾਇਆ ਸੀ, ਗਾਉਂਦਾ ਸੀ, ਲੇਕਿਨ ਜਦੋਂ ਮਿਲਨ ਸਿੰਘ ਜੀ ਨੂੰ ਵੇਖਿਆ ਤਾਂ ਮੈਨੂੰ ਥੋੜ੍ਹਾ ਪਰੂਫ ਮਿਲਿਆ ਆਪਣੇ ਆਪ ਨੂੰ ਕਿ ਹਾਂ ਯਾਰ, ਇਸ ਤਰ੍ਹਾਂ ਦੁਨੀਆ 'ਚ ਹੋ ਸਕਦਾ, ਦੋ ਆਵਾਜ਼ 'ਚ ਵੀ ਕੋਈ ਗਾ ਸਕਦਾ, ਕਿਉਂਕਿ ਇੱਕ ਸਹਾਰਾ ਮਿਲ ਜਾਂਦਾ ਨਾ ਕਿ ਮੈਂ ਇਕੱਲਾ ਹੀ ਨਹੀਂ ਹਾਂ ਯਾਰ, ਕੋਈ ਹੋਰ ਵੀ ਗਾ ਰਿਹਾ, ਕੋਈ ਮੇਰਾ ਮਜ਼ਾਕ ਨਹੀਂ ਉਡਾਏਗਾ, ਜੇ ਕੋਈ ਕਹੇਗਾ ਵੀ ਤਾਂ ਮੈਂ ਕਹਾਂਗਾ ਦੇਖੋ ਮਿਲਨ ਸਿੰਘ ਵੀ ਤਾਂ ਹੈ ਹੀ ਆ, ਉਹ ਵੀ ਗਾਉਂਦੇ ਆ। ਪਰ ਤੁਸੀਂ ਅਗਲੇ ਟਾਈਮ ਵਾਸਤੇ ਕੁਝ ਸੋਚਿਆ ਆਪਣੇ ਵਾਸਤੇ? ਅਗਲੇ ਟਾਈਮ ਵਾਸਤੇ ਸਰ ਮੈਂ ਤਾਂ ਇਹੀ ਸੋਚਦਾ ਹਾਂ ਕਿ ਜਿੰਨਾ ਹੋ ਸਕੇ ਮੇਰਾ ਕੋਈ ਟਾਰਗੇਟ ਨੇ, ਜਿਸ ਤਰ੍ਹਾਂ ਕਿਸੇ ਕੋਲੋਂ ਮੈਂ ਪੈਸੇ ਲਏ ਜਾਂ ਦਿੱਤੇ, ਤਾਂ ਮੈਂ ਉਹ ਸਾਰੇ ਉਤਾਰ ਕੇ ਔਰ ਇੱਕ ਥੋੜ੍ਹੀ ਘੱਟ ਘੰਟਿਆਂ ਦੀ ਜੋਬ ਕਰਕੇ, ਜਿਸ ਤਰ੍ਹਾਂ ਮੰਨ ਲਓ 8 ਘੰਟੇ ਜਾਂ 9 ਘੰਟੇ ਜੋਬ ਕਰਕੇ, ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਸੰਗੀਤ 'ਚ ਡੁਬਾਉਣਾ ਚਾਹੁੰਦਾ, ਕੋਈ ਰਿਆਜ਼ ਕਰਾਂ। ਮੇਰੇ ਕੋਲ ਵੈਸੇ ਉਸਤਾਦ ਜੀ ਵੀ ਹੈਗੇ ਨੇ, ਉਹ ਤਾਂ ਮੈਨੂੰ ਬੜਾ ਕੁਝ ਸਿਖਾਉਣਾ ਚਾਹੁੰਦੇ, ਲੇਕਿਨ ਮੇਰੇ ਕੋਲ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ। ਪਰ ਜਿਸ ਤਰ੍ਹਾਂ ਆਪਾਂ ਸਕੂਲਾਂ ਦੇ ਵਿੱਚ ਵੀ ਦੇਖਿਆ, ਕਈ ਇਸ ਤਰ੍ਹਾਂ ਦੀਆਂ ਸੰਸਥਾ ਵੀ ਦੇਖੀਆਂ ਹੈ ਜਿਹੜੇ ਕਿ ਜਿਹਦੇ ਵਿੱਚ ਕਿ ਆਮ ਤੁਹਾਡੇ ਵਰਗੇ ਕਈ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਉੱਥੇ ਜੋਬ ਕਰ ਰਹੇ ਨੇ, ਬੱਚਿਆਂ ਨੂੰ ਅੱਛੇ ਬੱਚਿਆਂ ਨੂੰ ਸਿੱਖਿਆ ਵੀ ਦੇ ਰਹੇ ਨੇ, ਉਹਨਾਂ ਨੂੰ ਇਸ ਤਰੀਕੇ ਦੀ ਸਟੱਡੀ ਵੀ ਦੇ ਰਹੇ ਨੇ, ਕਿ ਤੁਹਾਡਾ ਦਿਲ ਨਹੀਂ ਕਰਦਾ ਕਿ ਮੈਂ ਵੀ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਆਪਣੇ ਰਿਆਜ਼ ਨੂੰ ਵਧਾਇਆ ਜਾਵੇ ਤੁਹਾਡੇ ਵੱਲੋਂ? ਸਰ ਮੇਰਾ ਤਾਂ ਬਹੁਤ ਦਿਲ ਕਰਦਾ, ਮੈਨੂੰ ਅੱਜ ਕੋਈ ਓਪਰਚੁਨਿਟੀ ਮਿਲਦੀ ਹੈ ਨਾ ਜਿਹਦੇ 'ਚ ਕਿ ਮੇਰਾ ਘਰੇਲੂ ਖਰਚਾ ਵੀ ਚੱਲੀ ਜਾਏ ਔਰ ਮੈਨੂੰ ਇਸ ਪਾਸੇ ਵੱਲ ਵੀ, ਤਾਂ ਮੈਂ ਹੁਣੇ ਐਟ ਦੀ ਸਪੋਰਟ ਕੰਮ ਛੱਡਣ ਨੂੰ ਤਿਆਰ ਹੋ ਸਕਦਾ। ਤੁਹਾਡੀ ਕੁਆਲੀਫਿਕੇਸ਼ਨ ਕਿੰਨੀ ਹੈ? ਕੁਆਲੀਫਿਕੇਸ਼ਨ 10th ਤੱਕ ਹੈ ਮੇਰੀ। ਮੈਂ ਤੁਹਾਨੂੰ ਦੱਸਿਆ ਨਾ ਮੇਰੇ ਪਾਪਾ ਦੀ ਡੈਥ ਥੋੜ੍ਹਾ ਜਲਦੀ ਹੋ ਗਈ ਸੀ, ਮੇਰੀ ਕੋਈ 14-15 ਦੀ ਏਜ ਸੀ ਜਦੋਂ ਉਹਨਾਂ ਦੀ ਡੈਥ ਹੋਈ ਆ, ਤਾਂ ਉਸ ਤੋਂ ਬਾਅਦ ਮੈਨੂੰ ਫਿਰ ਪੜ੍ਹਾਈ ਤੋਂ ਵੀ ਰਹਿ ਗਿਆ ਔਰ ਕੰਮ ਕਾਰ 'ਚ ਵੀ ਜਲਦੀ ਪੈਣਾ ਪਿਆ। ਜਿਸ ਤਰ੍ਹਾਂ ਕਿ ਘਰ ਦੇ ਖਰਚੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ? ਨਹੀਂ, ਹੁਣ ਕੁਛ ਮੈਂ ਆਪ ਕਰਦਾ ਹਾਂ, ਕੁਛ ਬ੍ਰਦਰ ਵੱਲੋਂ ਵੀ ਨੇ। ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਹੀ ਕਰ ਰਿਹਾ ਵਾਂ, ਐਕਚੁਅਲੀ ਅਸੀਂ ਆਪਣੇ ਸਿਸਟਰ ਦੀ ਮੈਰਿਜ ਕੀਤੀ ਸੀ ਤਾਂ ਥੋੜ੍ਹਾ ਉਸ ਵੇਲੇ ਤੁਹਾਨੂੰ ਪਤਾ ਕੋਈ ਮਿਡਲ ਕਲਾਸ ਫੈਮਿਲੀ ਕਰਜਾਈ ਹੋ ਜਾਂਦੀ ਹੈ, ਬਸ ਉਹੀ ਥੋੜ੍ਹਾ ਮੇਰੇ ਸਿਰ 'ਤੇ ਬੋਝ ਆ, ਉਹ ਮੈਂ ਲਾ ਕੇ ਤਾਂ ਮੈਂ ਫ੍ਰੀ ਹੋ ਕੇ ਇਸੇ ਲਾਈਨ 'ਚ ਹੀ ਆਉਣਾ ਚਾਹੂੰਗਾ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੋਈ ਮਦਦ ਕੀਤੀ ਜਾਵੇ, ਜਿਸ ਤਰ੍ਹਾਂ ਕਿ ਦਰਸ਼ਕ ਤੁਹਾਨੂੰ ਦੇਖ ਰਹੇ ਆ, ਇਸ ਤਰ੍ਹਾਂ ਦੀ ਕਈ ਸੰਸਥਾ ਵੀ ਤੁਹਾਨੂੰ ਦੇਖ ਰਹੀਆਂ ਨੇ? ਸਰ ਮੈਂ ਤਾਂ ਚਾਹੁੰਦਾ ਵਾਂ ਕੋਈ ਸੰਸਥਾ ਐਸੀ ਹੋਵੇ ਜਿਹੜੀ ਕਿ ਚਲੋ ਕੋਈ ਨਾ ਕੋਈ ਕਿਸੇ ਲਈ ਮਸੀਹਾ ਬਣ ਕੇ ਆਉਂਦਾ ਆ, ਕੋਈ ਕਿਸੇ ਦੀ ਬਾਂਹ ਫੜਦਾ ਆ, ਤਾਂ ਮੈਂ ਤਾਂ ਚਾਹਾਂਗਾ ਕਿ ਜ਼ਰੂਰ ਕੋਈ ਨਾ ਕੋਈ ਮੇਰੀ ਵੀ ਬਾਂਹ ਫੜ ਲੇ, ਕਿਉਂਕਿ ਮੈਂ ਇਹੀ ਸੋਚਾਂਗਾ ਕਿ ਉਹ ਪਰਮਾਤਮਾ ਹੀ ਹੋਏਗਾ ਜਿਹੜਾ ਕਿ ਮੇਰੇ ਵੱਲ ਨੂੰ ਵੀ ਪਹਿਲ ਕਰੇਗਾ। ਉਹ ਜਿਸ ਤਰ੍ਹਾਂ ਕਿ ਤੁਸੀਂ ਜਿਸ ਤਰ੍ਹਾਂ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਕਿ ਤੁਸੀਂ ਆਪਣਾ ਕੋਈ ਐਡਰੈਸ ਜਾਂ ਫੋਨ ਨੰਬਰ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ? ਹਾਂਜੀ, ਫੋਨ ਨੰਬਰ ਮੇਰਾ 9879975845। ਚਲੋ ਠੀਕ ਹੈ ਸਰ, ਇੱਕ ਵਾਰ ਫਿਰ ਤੁਸੀਂ ਆਪਣੇ ਜਿਸ ਤਰ੍ਹਾਂ ਕਿ ਰਿਆਜ਼ ਜਿਹੜਾ ਤੁਸੀਂ ਕਰਦੇ ਹੋ ਉਹ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਸੁਣਾਇਆ ਜਾਵੇ। ਤੂੰ ਪੰਛੀ ਪਰਦੇਸੀ, ਤੂੰ ਜੋਗੀ ਹੈ ਕਿ ਜਾਦੂਗਰ, ਇਨਮੇ ਸੇ ਕੋਈ ਵੀ ਨਹੀਂ, ਮੈਂ ਸਪਨੋ ਕਾ ਸੌਦਾਗਰ, ਸੌਦਾਗਰ ਸੌਦਾ ਕਰ ਦਿਲ ਲੈ ਦਿਲ ਦੇ ਕਰ ਦਿਲ ਲੈ।
ਦਿਲ ਦੇ ਕਰ ਸੌਦਾ ਕਰ ਸੌਦਾ ਕਰ ਦਿੱਲੀ ਲੈ ਦਿਲ ਦੇ ਕਰ ਸੌਦਾ ਕਰ ਸੌਦਾ ਕਰ ਦਿੱਲੀ ਲੈ ਦਿਲ ਦੇ ਕਰ। ਬਹੁਤ ਹੀ ਵਧੀਆ ਜੀ। ਵੈਸੇ ਤੁਹਾਨੂੰ ਸਾਡੇ ਵੱਲੋਂ ਇੱਕ ਰਾਏ ਹੈ ਕਿ ਤੁਸੀਂ ਵੀ ਜਿਸ ਤਰ੍ਹਾਂ ਇੱਥੇ ਟਾਈਮ ਨੂੰ ਥੋੜ੍ਹਾ ਆਪਣੇ ਕੱਢ ਕੇ ਅਤੇ ਆਪਣਾ ਕੋਈ ਅੱਗੇ ਬਾਰੇ, ਜਿਸ ਤਰ੍ਹਾਂ ਕਿ ਇਹ ਜਿਹੜਾ ਤੁਸੀਂ ਸਿੰਗਿੰਗ ਅੱਛੀ ਕਰ ਰਹੇ ਹੋ, ਇਹਦੇ ਬਾਰੇ ਸੋਚਣਾ ਚਾਹੀਦਾ ਤੁਹਾਨੂੰ? ਜ਼ਰੂਰ ਸਰ, ਮੇਰੀ ਆਪਣੀ ਕੋਸ਼ਿਸ਼ ਹੈ। ਬਾਕੀ ਜਿਹੜਾ ਮੇਰਾ ਟਾਰਗੇਟ ਬਣਿਆ ਹੋਇਆ ਹੈ ਕੁਛ ਇਨਕਮ ਦਾ ਔਰ ਕੁਛ ਲੈਣ ਦੇਣ ਦੇ ਸਰਕਲ ਦਾ, ਉਹ ਹੈਗਾ ਹੈ ਕੋਈ ਅਕਤੂਬਰ ਤੱਕ। ਅਕਤੂਬਰ ਤੋਂ ਬਾਅਦ ਫਿਰ ਮੈਂ ਜੋਬ ਦਾ ਟਾਈਮ ਘਟਾ ਕੇ ਅਤੇ ਫਿਰ ਮੈਂ ਕੁਛ ਆਪਣੇ 'ਤੇ ਧਿਆਨ ਦੇਵਾਂਗਾ। ਜਿਸ ਤਰ੍ਹਾਂ ਤੁਹਾਨੂੰ ਦਰਸ਼ਕ ਦੇਖ ਰਹੇ ਨੇ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਆਪਣੇ ਤੌਰ 'ਤੇ ਕਹਿ ਸਕਦੇ ਹੋ? ਦਰਸ਼ਕ, ਦੇਖੋ ਜੀ, ਮੈਂ ਜ਼ਿਆਦਾਤਰ ਤਾਂ ਪਰਮਾਤਮਾ ਗਾੜੀ ਅਰਜ ਕਰਦਾ ਹਾਂ ਕਿ ਕਿਉਂਕਿ ਜਿਹੜੀ ਪਬਲਿਕ ਹੈ ਨਾ, ਇਹ ਵੀ ਪਰਮਾਤਮਾ ਦਾ ਹੀ ਰੂਪ ਹੁੰਦੀ ਹੈ। ਔਰ ਸ਼ਾਇਦ ਮੇਰੇ ਪਰਮਾਤਮਾ ਦੇ ਮਨ ਮੇਰ ਪਵੇ ਅਤੇ ਸ਼ਾਇਦ ਪਬਲਿਕ 'ਚੋਂ ਹੀ ਕੋਈ ਬੰਦਾ ਉੱਠੇ ਜਿਹੜਾ ਕਿ ਮੈਨੂੰ ਵੀ ਸਪੋਰਟ ਕਰ ਦੇਵੇ ਜਾਂ ਮੇਰੀ ਵੀ ਬਾਂਹ ਫੜ ਲਵੇ, ਤਾਂ ਹੋ ਸਕਦਾ ਹੈ। ਮੈਂ ਇਹੀ ਕਹਿਣਾ ਚਾਹੂੰਗਾ, ਇਸ ਤੋਂ ਵੱਧ ਕੁਛ ਨਹੀਂ। ਹੁਣ ਅਸੀਂ ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ਹੈ ਕਿ ਬਹੁਤ ਜ਼ਿਆਦਾ ਮੇਲ ਔਰ ਫੀਮੇਲ ਦੇ ਵਿੱਚ ਬੜੀ ਸੋਹਣੀ ਇਹਨਾਂ ਦੇ ਵੱਲੋਂ ਸਿੰਗਿੰਗ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਪਰਮਾਤਮਾ ਨੂੰ ਇਹ ਦਰਸ਼ਕਾਂ ਦੇ ਰੂਪ ਦੇ ਵਿੱਚ ਹੀ ਦੇਖਦੇ ਨੇ। ਔਰ ਸਾਡੇ ਵੱਲੋਂ ਵੀ, ਇੱਕ ਚੈਨਲ ਵੱਲੋਂ ਵੀ, ਇੱਕ ਲੋਕਾਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਇਹਨਾਂ ਦੀ ਹੈਲਪ ਜ਼ਰੂਰ ਕੀਤੀ ਜਾਵੇ। ਕੈਮਰਾਮੈਨ ਤਰੁਣ ਦੇ ਨਾਲ ਰਿਪੋਰਟਰ ਗੌਰਵ ਕੁਮਾਰ, ਅੰਮ੍ਰਿਤਸਰ।